ਸੱਜਣਾ ਤੇ ਬੇਲੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਪ੍ਰੋਗਰਾਮ ਧਰਤੀ ਪੰਜ ਦਰਿਆਵਾਂ ਦੀ ਸਭ ਤੋਂ ਵੱਡੇ ਇੰਟਰਟੇਨਮੈਂਟ ਨੈਟਵਰਕ ਧਮਾਲ FM 94 ਦੇ ਲਾਈਵ ਸਟੂਡੀਓ ਤੋਂ ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਇਜ਼ਹਾਰ ਅਹਿਮਦ ਗੁਲਜ਼ਾਰ। ਸਾਡੇ ਤੁਹਾਡੇ ਵਿਚਕਾਰ ਫਾਸਲੇ ਮਕਾਉਣ ਲਈ ਇੱਕੋ ਹੀ ਚਾਬੀ ਹੈ, ਸਾਡੇ ਪ੍ਰੋਗਰਾਮ ਵਿੱਚ ਆਪਣੀ ਮੁਹੱਬਤ ਚਾਹਤ ਧਰਤੀ ਮਾਂ ਤੇ ਮਾਂ ਬੋਲੀ ਦਾ ਝੰਡਾ ਉੱਚਾ ਕਰਨ ਲਈ ਤੁਸੀਂ ਵੀ ਰਲਤ ਕਰ ਸਕਦੇ ਹੋ ਸਿਰਫ ਇੱਕੋ ਚਾਬੀ ਕਮਾਨ ਨਾਲ 1110094094। ਜੇ ਤੁਸੀਂ ਮੋਬਾਈਲ ਰਾਹੀਂ ਕੁੰਡੀ ਖੜਕਾਉਣਾ ਚਾਹੁੰਦੇ ਹੋ ਤੇ 041 ਕੋਡ ਮਿਲਾ ਲਈਓ, ਨੰਬਰ ਫਿਰ ਸੁਣ ਲਓ 1110094094। ਜਿਨ੍ਹਾਂ ਮਾਵਾਂ ਭੈਣਾਂ ਧੀਆਂ ਵੀਰਾਂ ਸੱਜਣਾਂ ਬੇਲੀਆਂ ਚਾਚੇ ਤਾਇਆਂ ਮਾਮੀਆਂ ਮਾਸੀਆਂ ਫੁੱਫੀਆਂ ਚਾਚੀਆਂ ਬਜ਼ੁਰਗ ਤੇ ਬਜ਼ੁਰਗਣੀਆਂ ਨੂੰ ਮੇਰਾ ਪ੍ਰੋਗਰਾਮ ਮੇਰੀ ਗੱਲਬਾਤ ਪੰਜਾਬ ਧਰਤੀ ਦੇ ਰਸਮ ਰਿਵਾਜ ਦੀ ਗੱਲਬਾਤ ਆਪਣੀਆਂ ਰੀਤਾਂ ਰਿਵਾਜਾਂ ਦੀ ਕੋਈ ਇੱਕ ਗੱਲ ਵੀ ਚੰਗੀ ਲੱਗ ਜਾਵੇ ਤੇ ਉਹ ਸਾਨੂੰ ਹੌਸਲਾ ਦੇਣ ਲਈ ਫੋਨ ਦੀ ਕੈਂਡੀ ਖੜਕਾ ਦੇਵੇ। ਸਾਡੇ ਹੌਸਲੇ ਤੇ ਜਜ਼ਬਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਕਲਚਰ ਤੇ ਵਸੇਬ ਦੀ ਮੁਹੱਬਤ ਦਾ ਦਮ ਭਰਨ ਲਈ ਛੇਤੀ ਨਾਲ 1110094094 ਕਮਾ ਦਿਓ। ਜੇ ਤੁਹਾਡੇ ਹੱਥ ਵਿੱਚ ਮੋਬਾਈਲ ਹੈ ਤੇ 041 ਮਿਲਾਣਾ ਨਾ ਭੁੱਲਣਾ। ਜੇ ਲਓ ਜੀ ਭੈਣੋ ਤੇ ਭਰਾਓ, ਤੁਸੀਂ ਜਾਣਦੇ ਹੋ ਕਿ ਇਨਸਾਨ ਦੀ ਮੁਆਸ਼ਰਤੀ ਤੇ ਸਮਾਜੀ ਜ਼ਿੰਦਗੀ ਜਿਹੜੀ ਆ ਇਹ ਰਸਮਾਂ ਰੀਤਾਂ ਰਿਵਾਜਾਂ ਤੇ ਰਵਾਇਤਾਂ ਦੇ ਸੰਗਲਾਂ ਨਾਲ ਬੱਝੀ ਹੋਈ ਹੈ। ਦੁਨੀਆ ਦੀ ਦੂਸਰੀਆਂ ਤਹਿਜ਼ੀਬਾਂ ਤੇ ਸਕਾਫਤਾਂ ਵਾਂਗਰ ਪੰਜਾਬੀ ਜ਼ੁਬਾਨ ਦਾ ਵੀ ਕਲਚਰ ਤਹਿਜ਼ੀਬ ਤੇ ਤਮੱਦਨ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਇਹ ਬਰੇ ਸਗੀਰ ਦੀ ਸਭ ਤੋਂ ਪੁਰਾਣੀ ਜ਼ੁਬਾਨ ਹੈ। ਇਹਦੇ ਲੋਕ ਅਦਬ ਦੇ ਗੀਤਾਂ ਵਿੱਚ ਸਿੱਧੇ ਸਾਦੇ ਲਫ਼ਜ਼ਾਂ ਨਾਲ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਪੀੜਾਂ ਸਦਰਾਂ ਤਾਂਗਾਂ ਕੂਕਾਂ ਕਾਂਗਾਂ ਹਾੜੇ ਤੇ ਡੋਰ ਡੰਗਰਾਂ ਦਾ ਜ਼ਿਕਰ ਚੌਖਾ ਮਿਲਦਾ ਹੈ। ਇਹਨਾਂ ਗੀਤਾਂ ਵਿੱਚ ਰਿਸ਼ਤਿਆਂ ਦੀਆਂ ਉਹ ਕੜਤਣਾਂ ਵੀ ਵੇਖੀਆਂ ਜਾ ਸਕਦੀਆਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨੇ। ਪੰਜਾਬੀ ਜ਼ੁਬਾਨ ਦੀਆਂ ਰਸਮਾਂ 5000 ਸਾਲ ਤੋਂ ਇਸੇ ਤਰ੍ਹਾਂ ਲੱਗੀਆਂ ਆ ਰਹੀਆਂ ਨੇ ਤੇ ਇਹ ਰਸਮਾਂ ਸਿੰਧੀ ਵਾਦੀ ਵਿੱਚ ਉਸ ਵੇਲੇ ਵੀ ਲਾਗੂ ਸਨ ਜਦੋਂ ਹਜੇ ਹੜੱਪਾ ਤੇ ਮਾਂਜੋ ਡਾਰੋ ਦੀਆਂ ਤਹਿਜ਼ੀਬਾਂ ਦਾ ਚਾਨਣ ਨਹੀਂ ਹੋਇਆ ਸੀ। ਸੱਜਣੋ ਬੇਲੀਓ ਤੇ ਮੇਰੇ ਬਜ਼ੁਰਗੋ, ਤੁਸੀਂ ਜਾਣਦੇ ਹੋ ਵੀ ਪੰਜਾਬ ਮੁੱਢ ਕਦੀਮ ਤੋਂ ਹੀ ਜੰਗਲਾਂ ਬੇਲਿਆਂ ਰੁੱਖਾਂ ਫਲਾਂ ਤੇ ਫਸਲਾਂ ਦਾ ਗਹਿਵਾਰਾ ਤੇ ਜ਼ਰਈ ਮੁਆਸ਼ਰੇ ਦਾ ਖਿੱਤਾ ਰਿਹਾ ਹੈ। ਇਹਦੇ ਉੱਤੇ ਮੁਖਤਲਿਫ ਕੌਮਾਂ ਤਹਿਜ਼ੀਬਾਂ ਤੇ ਸਕਾਫਤਾਂ ਦੇ ਅਸਰਾਤ ਰਹੇ ਨੇ ਤੇ ਮੌਸਮਾਂ ਵੀ ਅਸਰ ਪੱਖੋਂ ਇਹ ਕਿਸੇ ਤੋਂ ਪਿੱਛੇ ਨਹੀਂ ਰਿਹਾ। ਇਹਨਾਂ ਵਿੱਚ ਸ਼ਾਦੀ ਵਿਆਹ ਦੇ ਸਮੇਂ ਦੀਆਂ ਰਸਮਾਂ ਤੇ ਰਿਵਾਜ ਸ਼ਾਮਲ ਨੇ। ਇਨਸਾਨੀ ਹਯਾਤੀ ਦਾ ਇੱਕ ਪੱਖ ਵਿਆਹ ਹੈ ਜਿਹੜਾ ਇੱਕ ਲੋੜ ਵੀ ਹੈ ਤੇ ਸੁੰਨਤ ਵੀ ਹੈ। ਇਹ ਜਿੱਥੇ ਇੱਕ ਨਵੀਂ ਹਯਾਤੀ ਦਾ ਸੁਨੇਹੜਾ ਹੈ ਉੱਥੇ ਜ਼ਿੰਮੇਦਾਰੀਆਂ ਦੇ ਭਾਰ ਦਾ ਨਾਮ ਵੀ ਹੈ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਅਸਾਂ ਉੱਡ ਜਾਣਾ। ਸੱਜਣੋ ਤੇ ਮੇਰੀਓ ਭੈਣੋ, ਪੰਜਾਬੀ ਮੁਆਸ਼ਰੇ ਵਿੱਚ ਇਹ ਮਿਸਲ ਬੜੀ ਮਸ਼ਹੂਰ ਹੈ ਭਈ ਧਰੇਕਾਂ ਦੇ ਧੀਆਂ ਨੂੰ ਵਧਿਆਂ ਚਿਰ ਨਹੀਂ ਲੱਗਦਾ। ਇਸੇ ਪਾਰੋਂ ਸਾਡੇ ਮੁਆਸ਼ਰੇ ਵਿੱਚ ਧੀ ਜੰਮਦੀ ਦਾ ਆਰ ਬਾਰ ਸ਼ੁਰੂ ਹੋ ਜਾਂਦਾ ਹੈ। ਤੁਹਾਨੂੰ ਪਤਾ ਹੈ ਮਾਵਾਂ ਘਰ ਦੇ ਕੰਮ ਕਾਜ ਤੋਂ ਵਿਹਲੀਆਂ ਹੋ ਕੇ ਕੱਤਣ ਤੁੰਬਣ ਸ਼ੁਰੂ ਕਰ ਦਿੰਦੀਆਂ ਨੇ ਤੇ ਕੌਡੀ ਕੌਡੀ ਜੋੜ ਕੇ ਦਾਜ ਬਣਾਉਂਦੀਆਂ ਰਹਿੰਦੀਆਂ ਨੇ। ਧੀਆਂ ਦੇ ਜਵਾਨ ਹੋਣ ਨਾਲ ਹੀ ਮਾਪਿਆਂ ਦੀ ਨੀਂਦਰ ਉੱਡ ਜਾਂਦੀ ਹੈ। ਉਹ ਦਿਨੇ ਰਾਤੀ ਛੇਤੀ ਨਾਲ ਧੀ ਦੇ ਹੱਥ ਪੀਲੇ ਕਰਨ ਦੀ ਫਿਕਰਾਂ ਵਿੱਚ ਦੱਬ ਜਾਂਦੇ ਨੇ ਤੇ ਰਿਸ਼ਤਿਆਂ ਦੀ ਭਾਲ ਲਈ ਮਰਾਸੀ ਤੇ ਨਾਈ ਦੀ ਖਿਦਮਤ ਹਾਸਲ ਕਰਦੇ ਨੇ ਤੇ ਪਸੰਦ ਹੋਣ ਤੇ ਰਿਸ਼ਤੇ ਦੀ ਗੱਲ ਪੱਕੀ ਹੋ ਜਾਂਦੀ ਹੈ। ਦੋਵਾਂ ਘਰਾਂ ਵਿੱਚ ਵੱਖ ਵੱਖ ਰਸਮਾਂ ਸ਼ੁਰੂ ਹੋ ਜਾਂਦੀਆਂ ਨੇ। ਕਿ ਕਾਹੀ
अल्लड़े सब अल्लड़े नूला।